ਮੇਰਾ ਨਾਮ ਮੁਹੰਮਦ ਯੂਸਫ ਹੈ ਜੀ। ਅੱਜ ਜਿਹੜਾ ਪ੍ਰੋਟੈਸਟ ਹੈ ਬੜਾ ਹੀ ਦੁੱਖ ਭਰਿਆ ਔਰ ਦਰਦਨਾਕ ਜਿਹੜਾ ਵਾ ਪ੍ਰੋਟੈਸਟ ਹੈ, ਜਿਹੜਾ ਕਿ ਸਾਡੇ ਦੇਸ਼ ਦੇ ਸੰਵਿਧਾਨ ਦੇ ਵਿੱਚ ਲਿਖਿਆ ਹੀ ਨਹੀਂ ਗਾ ਕਿ ਮੁਸਲਮਾਨਾਂ ਨੂੰ ਜਿਹੜਾ ਇਹ ਕਾਲਾ ਕਾਨੂੰਨ ਇਹਨਾਂ ਨੇ ਬਣਾ ਕੇ ਮੁਸਲਮਾਨਾਂ ਨਾਲ ਜਿਹੜਾ ਗੈਰ ਕਾਨੂੰਨ ਜਿਹੜਾ ਇਹ ਕਰ ਰਹੇ ਨੇ ਕਿ ਤੁਹਾਡੇ ਨਾਲ ਧੱਕਾ ਹੋ ਗਿਆ ਸੀ, ਤੁਸੀਂ ਇੱਥੋਂ ਨਿਕਲ ਜਾਓ, ਤੁਹਾਡਾ ਮੁਲਕ ਨਹੀਂ ਹੈ, ਕਿ ਤੁਹਾਨੂੰ ਨੈਸ਼ਨੈਲਿਟੀ ਨਹੀਂ ਦਿੱਤੀ ਜਾ ਰਹੀ। ਅੱਜ ਅਸੀਂ ਵੀ ਪਾਕਿਸਤਾਨ ਜਾ ਸਕਦੇ ਹਾਂ, ਹੋਰ ਵੀ ਮੁਲਕਾਂ ਵਿੱਚ ਜਾ ਸਕਦੇ ਹਾਂ, ਲੇਕਿਨ ਸਾਡੇ ਦਾਦੇ ਪੜਦਾਦੇ ਸਾਡੇ ਉੱਥੇ ਉਹਨਾਂ ਦੇ ਜਿਹੜਾ ਵਾ ਲਹੂ ਉਹਨਾਂ ਦਾ ਇੱਥੇ ਹੈ, ਜ਼ਮੀਨ ਜਾਇਦਾਦ ਇੱਥੇ ਹੈ। ਅੱਜ ਅਸੀਂ ਸਾਨੂੰ ਕਹਿ ਰਹੇ ਨੇ ਕਿ ਤੁਹਾਡਾ ਮੁਲਕ ਨਹੀਂ, ਇਹ ਬੇਗਾਨਾ ਘਰ ਹੋ ਗਿਆ। ਇਹ ਤਾਂ ਉਹ ਹਿਸਾਬ ਹੋ ਗਿਆ ਨਾ ਕਿ ਆਪਣੇ ਘਰੋਂ ਹੀ ਜਿਹੜਾ ਵਾ ਸਾਨੂੰ ਕੱਢਿਆ ਜਾ ਰਿਹਾ। ਇਹ ਅਸੀਂ ਧੱਕਾ ਜਿਹੜਾ ਵਾ ਬਰਦਾਸ਼ਤ ਨਹੀਂ ਕਰਾਂਗੇ। NRC ਔਰ ਕੈਬ ਜਿਹੜਾ ਕਾਨੂੰਨ ਜਿਹੜਾ ਇਹਨਾਂ ਨੇ ਗੰਦਾ ਕਾਨੂੰਨ ਬਣਾਇਆ ਵਾ, BJP ਸਰਕਾਰ ਨੇ ਮੁਸਲਮਾਨਾਂ ਨਾਲ ਜਿਹੜਾ ਧੱਕਾ ਕਰ ਰਹੇ ਨੇ, ਅਸੀਂ ਡਟ ਕੇ ਦਾ ਵਿਰੋਧ ਕਰਾਂਗੇ। ਅਬਾਸ ਰਜ਼ਾ, ਆਜ ਕੇ ਪ੍ਰੋਟੈਸਟ ਕੇ ਬਾਰੇ ਮੈਂ ਕਹਿਣਾ ਚਾਹੇਂਗੇ, ਜੋ ਕੈਬ ਕਾ ਬਿੱਲ ਆਇਆ ਹੈ ਔਰ NRC ਕਾ ਬਿੱਲ ਯੇ ਲਾਗੂ ਕਰਨੇ ਜਾ ਰਹੇ ਹੈ, ਉਸਕੇ ਖਿਲਾਫ ਪ੍ਰੋਟੈਸਟ ਪੂਰੇ ਹਿੰਦੁਸਤਾਨ ਮੇਂ ਕੀ ਜਾ ਰਹੀ ਹੈ ਔਰ ਪੰਜਾਬ ਕੇ ਅੰਦਰ ਵੀ ਕੀ ਜਾ ਰਹੀ ਹੈ, ਖਾਸ ਕਰਕੇ ਅੰਮ੍ਰਿਤਸਰ ਕੇ ਅੰਦਰ ਸਾਰਾ ਮੁਸਲਿਮ ਭਾਈਚਾਰਾ, ਕਿਉਂਕਿ ਹਮ ਸਾਰੇ ਇਕੱਠੇ ਹੈ, ਹਿੰਦੁਸਤਾਨ ਹਮਾਰਾ ਹੈ, ਹਿੰਦੁਸਤਾਨ ਕੇ ਅੰਦਰ ਹਮ ਸਾਰੇ ਮਿਲ ਕੇ ਹਿੰਦੂ, ਮੁਸਲਿਮ, ਸਿੱਖ, ਈਸਾਈ, ਸਾਰਾ ਆਪਸ ਮੇਂ ਭਾਈਚਾਰਾ, ਪਿਆਰ, ਮੁਹੱਬਤ, ਇਹ ਖਤਮ ਨਹੀਂ ਹੋਣੇ ਦੀ ਜਾਏਗੀ। ਕਿਸੀ ਵੀ ਸੂਰਤ ਮੇਂ ਕੁਛ ਵੀ ਹੋ ਜਾਏ, ਇਸ ਹਿੰਦੁਸਤਾਨ ਕੋ ਆਜ਼ਾਦ ਕਰਾਨੇ ਕੇ ਲੀਏ ਕਿਸੀ ਇੱਕ ਸਮੁਦਾਇ ਨੇ ਖਾਸ ਕਰਕੇ ਜੋ ਹੈ ਕੁਰਬਾਨੀ ਨਹੀਂ ਦੀ, ਇਸਕੇ ਅੰਦਰ ਸਾਰੇ ਹੀ ਸਮੁਦਾਇ ਨੇ ਮਿਲ ਕੇ ਆਜ਼ਾਦ ਕਰਾਇਆ ਹਿੰਦੁਸਤਾਨ ਕੋ ਔਰ ਸਭ ਨੇ ਹੀ ਕੁਰਬਾਨੀਆਂ ਦੀ ਹੈ, ਤੋ ਇਹ ਬਿਲਕੁਲ ਨਹੀਂ ਹੋਗਾ। ਇਸਕੇ ਲੀਏ ਗਿਆਪਨ ਦਿਆ ਜਾਏਗਾ DC ਸਾਹਿਬ ਕੋ ਔਰ ਉਸਕੇ ਬਾਅਦ ਅਗਰ ਇਹ ਨਹੀਂ ਮਾਨੇ ਉਸਕੇ ਬਾਅਦ ਫਿਰ ਜਗ੍ਹਾ ਜਗ੍ਹਾ ਪ੍ਰੋਟੈਸਟ ਹੋਵੇਂਗੇ। ਆਜ ਹਮਨੇ ਕਾਲੇ ਬਿੱਲ ਕਾ ਜੋ ਹੈ ਪੁਤਲਾ ਜਲਾਇਆ ਔਰ ਮੋਦੀ ਸਰਕਾਰ ਕਾ ਪੁਤਲਾ ਜਲਾਇਆ, ਇਸਕੇ ਲੀਏ ਪ੍ਰੋਟੈਸਟ ਕਰ ਰਹੇ ਹਮ। ਹਾਂਜੀ ਸਰ, ਅੱਜ ਜਿਹੜਾ ਮੰਗ ਪੱਤਰ ਦਿੱਤਾ ਜਾ ਰਿਹਾ, ਤੁਹਾਨੂੰ ਜਿਵੇਂ ਪਤਾ ਹੈਗਾ ਸਿਟੀਜ਼ਨ ਅਮੈਂਡਮੈਂਟ ਬਿੱਲ ਜਿਹੜਾ ਪਾਸ ਹੋਇਆ ਹੈਗਾ, ਐਂਡ ਉਹਦੇ ਅਗੇਂਸਟ ਇੱਥੇ ਅੱਜ ਇਹ ਸਮੂਹ ਇਕੱਠਾ ਹੋਇਆ ਸੀਗਾ, ਉਹਨਾਂ ਨੇ ਇੱਕ ਮੰਗ ਪੱਤਰ ਦਿੱਤਾ ਹੈਗਾ ਜਿਹੜਾ ਕਿ ਅਸੀਂ ਸਰਕਾਰ ਨੂੰ ਯੋਗ ਪ੍ਰਣਾਲੀ ਰਾਹੀਂ ਭੇਜ ਦੇਵਾਂਗੇ। ਜਿੰਨਾ ਵੀ ਸਮੂਹ ਇੱਥੇ ਇਕੱਠਾ ਹੋਇਆ ਉਹਨਾਂ ਨੂੰ ਮੇਰੀ ਇਹੀ ਅਪੀਲ ਹੈ ਕਿ ਇੱਕ ਕੋਨਸਟੀਟਿਊਸ਼ਨਲ ਵੇ ਨਾਲ ਆਪਾਂ ਕੋਈ ਆਪਣਾ ਚੀਜ਼ ਦਾ ਵਿਰੋਧ ਵੀ ਕਰਨਾ, ਕੋਨਸਟੀਟਿਊਸ਼ਨਲ ਢੰਗ ਨਾਲ ਕਰੀਏ, ਸੋ ਦੈਟ ਇਹਦਾ ਜਿਹੜਾ ਆਪਣਾ ਹੱਲ ਹੈਗਾ ਉਸ ਢੰਗ ਨਾਲ ਜਿਹੜਾ ਹੋ ਸਕੇ, ਐਂਡ ਲਾਅ ਐਂਡ ਆਰਡਰ ਨੂੰ ਆਪਾਂ ਕਿਸੇ ਵੀ ਤਰ੍ਹਾਂ ਅਫੈਕਟ ਨਾ ਕਰੀਏ। ਇਹਨਾਂ ਨੇ ਜਿਹੜਾ ਮੈਨੂੰ ਪਤਾ ਲੱਗਿਆ ਸ਼ਾਂਤੀਪੂਰਵਕ ਨਾਲ ਢੰਗ ਨਾਲ ਜਿਹੜਾ ਇਹ ਕੀਤਾ ਸੀ ਪ੍ਰਦਰਸ਼ਨ, ਅਤੇ ਇਹਨਾਂ ਦੀ ਮੰਗ ਜ਼ਰੂਰ ਸਰਕਾਰ ਨੂੰ ਪਹੁੰਚਾ ਦਿੱਤੀ ਜਾਵੇ।